ओ यात्र पे ये जो है ना कि दो बंदे आना एक आखे दे एक आखे रात है और एक मतलब ना पैरा दी आवाज आएगा तो उन्हें महसूस होए कि तीजा बंदा आया वो तो दो में नबी ने आन अन्य आन उन्हें तो पता नहीं उन्हें कह जा रहा है इसको लो फैसला करा देने हैं उन लोग क्या ने सलाम अलैकुम वालेकुम अस्सलाम ਉਹਦਾ ਕਿ ਯਾਰ ਸਾਡਾ ਆਪਸ ਤੇ ਮਸਲਾ ਬਣਿਆ ਮੈਂ ਉਹਨਾਂ ਰਾਤ ਦੇ ਯਾਰ ਦੇ ਤੂੰ ਦੱਸ ਅੱਜ ਰਾਤ ਦੇ ਯਾਰ ਇਸ ਵਕਤ ਦੇ ਉਹਦਾ ਕਿ ਜੇ ਸੱਚੀ ਤਾਂ ਪੁੱਛ ਦਿਓ ਮੈਂ ਇਥੋਂ ਦਾ ਹਾਂ ਹੀ ਨਹੀਂ ਤਰੀ ਮਾਰ ਯਾਰ ਇਹ ਬਾਜ ਯਾਰ ਮੈਂ ਆਪਣੇ ਅਗਲੇ ਆਉਣ ਵਾਲੇ ਦੋਸਤ ਨੂੰ ਦਾਵਾ ਤੇ ਸੁਖਨ ਦੇ ਰਿਹਾ ਉਹਨਾਂ ਦਾ ਨੰਬਰ ਇਸ ਜਗ੍ਹਾ ਤੇ ਨਹੀਂ ਬਣਦਾ ਲੇਕਿਨ ਥੋੜ੍ਹੇ ਜਿਹਾ ਮਾਹੌਲ ਨੂੰ ਚਮਕਾਉਣ ਵਾਸਤੇ ਸਾਡੀ ਪੰਜਾਬੀ ਅਦਬੀ ਪ੍ਰਚਾਰ ਦੇ ਸਭ ਤੋਂ ਦੇਰ ਕੰਮ ਕਰਨ ਵਾਲੇ ਦੋਸਤ ਬਹੁਤ ਅੱਛੇ ਲਿਖਾਰੀ ਜਨਾਬ ਮੁਹੰਮਦ ਜਾਫਰ ਸਦੀਕੀ ਸਾਹਿਬ ਜਨਾਬ ਮੁਹੰਮਦ ਜਾਫਰ ਸਦੀਕੀ ਸਾਹਿਬ ਅਕੀਰਤਨ ਵਸੇ ਤਾਲਿਬ ਸਦਾ ਆਸਤਾਨਾ ਤੇਰਾ वसे तालिब सदा आस्ताना तेरा हो गया है जमाना दीवाना तेरा और तू है साकी ते अखियां चु भर के पीवा तू है साकी ते अखियां चु भर के पीवा एक छलकदा होया जान मेनू दीद दा ਪੀ ਕੇ ਤੇਰੇ ਹੀ ਕਦਮਾਂ ਦੇ ਵਿੱਚ ਦੇ ਵੰਨਾ ਸੁਣ ਕੇ ਆਇਆ ਹੈ ਜਾਂ ਫਿਰ ਮੈਂ ਖਾਣਾ ਤੇਰਾ ਅੱਲਾ ਹਾਫਿਜ਼ ਕੀਰਿਆਂ ਕਮਲਿਆਂ ਦਾ ਉੱਤੇ ਨਵੇਂ ਜੂ ਸਜਣ ਬਣਾਏ ਨੀ ਅੱਲਾ ਹਾਫਿਜ਼ ਕੀਰਿਆਂ ਕਮਲਿਆਂ ਦਾ ਉੱਤੇ ਨਵੇਂ ਜੂ ਸਜਣ ਬਣਾਏ ਨੀ ਕਿਵੇਂ ਆਪਣੇ ਦਿਲ ਦੀ ਤਖਤੀ ਤੋਂ ਸਾਡੇ ਪਿਆਰ ਦੇ ਲਫ਼ਜ਼ ਮਿਟਾਏ ਨਹੀਂ ਔਰ ਮੇਰੀ ਗੁਰਬਤ ਵੇਖ ਕੇ ਹਲਫ ਤੇ ਵਾਦੇ ਚਾ ਜਾਣ ਕੇ ਜ਼ਹਿਨ ਤੋਂ ਲਾਏ ਨੀ ਭਲਾ ਦੱਸ ਖਾਂ ਜਾ ਫਿਰ ਨਵੀਆਂ ਸੰਗਤਾਂ ਕਿਹੜੇ ਤੱਕ ਚਮਾ ਕਰਵਾਏ ਨਹੀਂ ਆਪ ਵੀ ਦੌੜਾ ਗੁਜ਼ਾਰਿਸ਼ ਕਰ ਸਕਦੇ ਹੋ ਕਿ ਥੋੜਾ ਪੜਨ ਵਾਲੇ ਨੂੰ ਚੌਕੀਦਾਰ ਵੀ ਦੇ ਗਈ ਅੱਜ ਮੁੜ ਉਧਰ ਮਜਬੂਰਾਂ ਨੂੰ ਲੈ ਗਈ ਸਰਕਾਰ ਦੇ ਦਰ ਤੇ ਅੱਜ ਮੁੜ ਉਧਰ ਮਜਬੂਰਾਂ ਨੂੰ ਲੈ ਗਈ ਸਰਕਾਰ ਦੇ ਦਰ ਤੇ ਉਹਨਾਂ ਸਗਵੇਂ ਬੇਪਰਵਾਹੀਆਂ ਦੇ ਸਿੱਧੇ ਮਾਰਨ ਤੀਰ ਜਿਗਰ ਤੇ ਮੁੜ ਜਾ ਫਿਰ ਸਹਿ ਚ ਹੱਸਦੇ ਰਹੇ ਮੇਰੀ ਹੰਝੂਆਂ ਦੀ ਫਰ ਫਰ ਤੇ ਜਿਵੇਂ ਜ਼ਾਲਿਮ ਹਸਦਨ ਸਾੜ ਕੇ ਕੁਲੀਆਂ ਕਹਿੰਦੇ ਖਾਮੋਸ਼ ਸਬਰ ਤੇ ਬਹੁਤ ਸ਼ੁਕਰੀਆ